ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ ਬੋਲੀ ਬੇਟਾ ਇਹਦਾ ਸਾਰ ਕਰਾਂਗੇ ਤੇ ਨਾਲ ਇਹਦੀ ਬੈਕ ਐਕਸਰਸਾਈਜ਼ ਦੇ ਦੋ ਕੁਐਸਚਨ ਕਰਾਂਗੇ ਤੇ ਨੈਕਸਟ ਵੀਡੀਓ ਚ ਅਗਲੇ ਰੰਦੇ ਕੁਐਸਚਨ ਕਰ ਲਾਂਗੇ ਤੇ ਤੁਹਾਡਾ ਸਾਰ ਇਸ ਤਰ੍ਹਾਂ ਹੈ ਕਹਿੰਦੇ ਕਿ ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ ਜਿਹੜਾ ਮੂੰਹ ਹੈ ਉਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ ਪਰੰਤੂ ਬੋਲੀ ਉਸ ਦੀ ਆਤਮਾ ਦਾ ਚਿੱਤਰ ਹੈ ਜਿਸ ਤੋਂ ਉਸ ਦੀ ਆਤਮਾ ਦਾ ਵਧੀਆ ਜਾਂ ਘਟਿਆ ਹੋਣ ਦਾ ਪਤਾ ਲੱਗਦਾ ਹੈ ਠੀਕ ਹੈ ਬੋਲੀ ਹੀ ਦੱਸਦੀ ਹੈ ਕਿ ਬੋਲਣ ਵਾਲੇ ਨੇ ਕੀ ਕੁਝ ਆਪਣਾ ਬਣਾਇਆ ਹੈ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਾਡੇ ਵਰਲਡ ਨੇ ਜਿਹੜੇ ਸਾਡੇ ਸ਼ਬਦ ਹੈ ਜਿਹੜਾ ਸਾਡਾ ਬੋਲਣ ਦਾ ਢੰਗ ਹੈ ਉਹ ਹੀ ਇਨਸਾਨ ਨੂੰ ਬਣਾਉਂਦਾ ਹੈ ਠੀਕ ਹੈ ਕਿ ਕਿਸ ਤਰ੍ਹਾਂ ਇਨਸਾਨ ਚੰਗਾ ਬੋਲਦਾ ਹੈ ਜਾਂ ਕਿਸ ਤਰ੍ਹਾਂ ਉਹਦੀ ਭਾਸ਼ਾ ਮਿੱਠੀ ਹੈ ਜਾਂ ਕੋੜੀ ਹੈ ਬਣਾਉਂਦਾ ਮਤਲਬ ਜੇ ਮਿੱਠੀ ਭਾਸ਼ਾ ਬੋਲਾਂਗੇ ਤੇ ਸਾਰੇ ਆਪਣੇ ਬਣ ਜਾਣਗੇ ਜੇ ਕੋੜੀ ਭਾਸ਼ਾ ਬੋਲਾਂਗੇ ਤੇ ਸਾਰੇ ਸਾਡੇ ਤੋਂ ਦੂਰ ਹੋ ਜਾਂਦੇ ਨੇ ਕਹਿੰਦੇ ਕਿ ਜੇਕਰ ਬੋਲਣ ਵਾਲੇ ਦੇ ਅੰਦਰ ਬਹੁਤ ਕੁਝ ਹੈ ਤਾਂ ਸੁਨਣ ਵਾਲਾ ਉਸ ਨੂੰ ਪਿਆਰ ਦਿੰਦਾ ਹੈ ਤੇ ਕਈ ਵਾਰੀ ਚੰਗੀ ਬੋਲੀ ਬੋਲਣ ਵਾਲੇ ਲਈ ਆਪਣੀ ਜਾਨ ਵੀ ਹਾਜ਼ਰ ਕਰ ਦਿੰਦੇ ਹਨ ਕਹਿੰਦੇ ਕੋ ਬੋਲੀ ਦਾ ਖਜ਼ਾਨਾ ਬਚਪਨ ਦੇ ਝੁਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ ਕਹਿੰਦਾ ਮਤਲਬ ਹੈ ਕਿ ਜਿਹੜੀ ਭਾਸ਼ਾ ਹੈ ਉਹ ਹਨ ਬਚਪਨ ਵਿੱਚ ਹੀ ਅਸੀਂ ਸਿੱਖ ਲੈਂਦੇ ਆ ਚੰਗੇ ਸ਼ਬਦ ਜਿਹੜੇ ਆ ਭਾਸ਼ਾ ਦੇ ਚੰਗੇ ਮੰਦੇ ਸ਼ਬਦ ਅਸੀਂ ਬਚਪਨ ਵਿੱਚ ਹੀ ਸਿੱਖਦੇ ਆ ਕਹਿੰਦੇ ਕਿ ਬਚਪਨ ਵਿੱਚ ਬੋਲੇ ਗਏ ਸ਼ਬਦ ਸਾਨੂੰ ਕਦੇ ਨਹੀਂ ਭੁੱਲਦੇ ਤੇ ਉਹ ਸ਼ਬਦ ਮੋਹਰ ਵਾਂਗ ਕੰਮ ਕਰਦੇ ਹਨ ਇੱਕ ਇੱਕ ਮੋਹਰ ਨੂੰ ਅਸੀਂ ਹਜ਼ਾਰਾਂ ਨਿੱਕੇ ਨਿੱਕੇ ਸਿੱਕਿਆਂ ਵਿੱਚ ਵੰਡਾਉਂਦੇ ਹਾਂ ਵਟਾਉਂਦੇ ਹੋਏ ਆਪਣੇ ਖਜ਼ਾਨੇ ਨੂੰ ਪਰਦੇ ਹਾਂ ਕਹਿੰਦਾ ਮਤਲਬ ਪਹਿਲਾਂ ਬੱਚਾ ਇੱਕ ਸ਼ਬਦ ਸਿੱਖਦਾ ਫਿਰ ਦੋ ਸ਼ਬਦ ਸਿੱਖਦਾ ਫਿਰ ਤਿੰਨੇ ਫਿਰ ਕਈ ਮਤਲਬ ਸੈਂਟੈਂਸ ਸਿੱਖ ਲੈਂਦਾ ਹੈ ਤਾਂ ਕਹਿੰਦਾ ਕਿ ਜਿਹੜੇ ਨਿੱਕੇ-ਨਿੱਕੇ ਸ਼ਬਦ ਹੈ ਉਹਦੇ ਨਾਲ ਹੜਾ ਕੀ ਬੰਦਾ ਖਜ਼ਾਨਾ ਬਣ ਜਾਂਦਾ ਹੈ ਸ਼ਬਦਾਂ ਦਾ ਭੰਡਾਰ ਬਣ ਜਾਂਦਾ ਹੈ ਇਸੇ ਲਈ ਜਿੱਥੇ ਬਚਪਨ ਬੀਤਿਆ ਹੁੰਦਾ ਹੈ ਥਾ ਉਹ ਥਾਂ ਮੋਹਰਾਂ ਦੀ ਖਾਨ ਹੈ ਤੇ ਸਾਡੀ ਅਮੀਰੀ ਉਸੇ ਉੱਤੇ ਨਿਰਭਰ ਕਰਦੀ ਹੈ ਕਹਿੰਦਾ ਪਾਵਾ ਹੈ ਕਿ ਮਨੁੱਖ ਜਿਹੜਾ ਘਰ ਦੇ ਵਿੱਚ ਪੈਦਾ ਹੁੰਦਾ ਹੈ ਉਹਦੇ ਵੱਡਿਆਂ ਦੀ ਲੈਂਗੁਏਜ ਕਿਸ ਤਰ੍ਹਾਂ ਦੀ ਹੈ ਉਹਨਾਂ ਦੇ ਬੋਲਣ ਦਾ ਸਟਾਈਲ ਕਿਸ ਤਰ੍ਹਾਂ ਦਾ ਇਹ ਸਾਰਾ ਬਚਪਨ ਵਿੱਚ ਹੀ ਬੱਚਾ ਸਿੱਖ ਲੈਂਦਾ ਹੈ ਠੀਕ ਹੈ ਫਿਰ ਹੈਗਾ ਕਹਿੰਦੇ ਕਿ ਹਾਂਜੀ ਇਸ ਲਈ ਬੱਚਿਆਂ ਦੀ ਜ਼ਿੰਦਗੀ ਵਿੱਚ ਅਮੀਰੀ ਦਾ ਵਾਅਦਾ ਕਰਦੇ ਰਹਿਣਾ ਵੱਡਿਆਂ ਦਾ ਪਹਿਲਾ ਫਰਜ਼ ਹੈ ਫਿਰ ਹਡਾ ਥਰਡ ਪੈਰਾ ਹੈ ਕਹਿੰਦੇ ਕਿ ਸਾਡੀ ਪੋਲੀ ਉਹ ਹੁੰਦੀ ਹੈ ਜਿਹੜੀ ਅਸੀਂ ਆਪਣੇ ਬਚਪਨ ਵਿੱਚ ਆਪਣੀ ਮਾਂ ਤੋਂ ਸਿੱਖੀ ਹੁੰਦੀ ਹੈ ਉਹ ਲੋਕ ਬੱਦਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਵਿੱਚ ਸਿੱਖੀ ਬੋਲੀ ਨਾਲੋਂ ਕੋਈ ਦੂਜੀ ਬੋਲੀ ਅਪਣਾਉਣੀ ਪੈਂਦੀ ਹੈ ਕਿਸ ਤਰ੍ਹਾਂ ਅਪਣਾਣੀ ਪੈਂਦੀ ਹੈ ਕਿਉਂਕਿ ਵੇਖੋ ਜਿਹੜਾ ਬੱਚਾ ਪੈਦਾ ਹੋਇਆ ਠੀਕ ਹੈ ਜੇ ਤੇ ਆਪਣੇ ਦੇਸ਼ ਵਿੱਚ ਰਹਿੰਦਾ ਹੈ ਜੇ ਤੇ ਆਪਣੇ ਲੋਕਾਂ 'ਚ ਰਹਿੰਦਾ ਹੈ ਉਹਨੂੰ ਬੋਲੀ ਜਿਹੜੀ ਹੈ ਚੇਂਜ ਨਹੀਂ ਕਰਨੀ ਪੈਂਦੀ ਜਦੋਂ ਉਹ ਮਜਬੂਰੀ ਵੰਸ਼ ਜੋ ਮਜਬੂਰੀ ਹੋਵੇ ਉਹ ਬਾਹਰ ਦੇਸ਼ ਜਾਂਦਾ ਹੈ ਕਈ ਕਈ ਕੰਟਰੀਆਂ 'ਚ ਜਾਂਦਾ ਜਿੱਥੇ ਉਹਨੂੰ ਆਪਣੀ ਲੈਂਗੁਏਜ ਜਿਹੜੀ ਹੈ ਅਪਣਾਣੀ ਪੈਂਦੀ ਹੈ ਹੋਰ ਦੂਜੀ ਦੇਸ਼ਾਂ ਦੀ ਠੀਕ ਹੈ ਤੇ ਕਹਿੰਦੇ ਕਿ ਉਹ ਲੋਕ ਵੇਹ ਮਜਬੂਰੀ ਵਾਸਤੇ ਹੀ ਜਾਂਦੇ ਹਨ ਮਜਬੂਰੀ ਜੇ ਉਹ ਘਰ ਵਿੱਚ ਉਹਦਾ ਘਰ ਜਪ ਜਿਆ ਹੋਏਗਾ ਜੀ ਇੱਥੇ ਹੁਣ ਵਧੀਆ ਜੋਬ ਮਿਲਦੀ ਹੋਏਗੀ ਜਿੱਥੇ ਕੋਈ ਵੀ ਚੀਜ਼ ਉਹਦਾ ਵਧੀਆ ਜਿਹੜਾ ਸਟੈਂਡ ਹੋਏਗਾ ਠੀਕ ਹੈ ਤਾਂ ਉਹਨੂੰ ਬਾਹਰ ਜਾਣ ਦੀ ਲੋੜ ਨੇ ਪੈਗੀ ਹੁਣ ਕਈ ਲੋਕ ਬਾਹਰ ਜਾਂਦੇ ਨੇ ਕਾਦੇ ਵਾਸਤੇ ਜਾਂਦੇ ਨੇ ਰੋਜੀ ਰੋਟੀ ਵਾਸਤੇ ਜਾਂਦੇ ਨਾ ਨਹੀਂ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਕਿ ਮਤਲਬ ਆਪਣਾ ਘਰ ਛੱਡ ਕੇ ਕੋਈ ਬਾਹਰ ਜਾਵੇ ਤਾਂ ਕਹਿੰਦੇ ਕਿ ਉਹ ਲੋਕਾਂ ਬਦ ਕਿਸਮਤ ਹੁੰਦੇ ਨੇ ਜਿਹੜੀ ਆਪਣੀ ਬੋਲੀ ਨੂੰ ਛੱਡ ਕੇ ਤੇ ਕਿ ਦੂਜੀ ਜਿਹੜੀ ਬੋਲੀ ਸਿੱਖਦੇ ਨੇ ਠੀਕ ਹੈ ਅਪਣਾਉਣਾ ਪੈਂਦਾ ਉਹਨਾਂ ਨੂੰ ਫਿਰ ਕਹਿੰਦੇ ਕਿ ਸਿਰਫ ਬੋਲੀ ਦੀ ਮੋਹਰ ਲਾ ਕੇ ਹੀ ਕੋਈ ਆਪਣੀ ਅੰਦਰਲੀ ਦੌਲਤ ਨੂੰ ਅਖੀਰ ਤੱਕ ਵਰਤ ਸਕਦਾ ਹੈ ਫਿਰ ਕਹਿੰਦੇ ਤਜਰਬਾ ਸਾਡੀ ਦੌਲਤ ਹੈ ਤੇ ਇਹ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਰੂਪ ਵਿੱਚ ਸੰਭੀ ਜਾਂਦੀ ਹੈ ਉਸੇ ਵਿੱਚ ਹੀ ਇਹ ਵਰਤੀ ਜਾ ਸਕਦੀ ਹੈ ਇਸ ਲਈ ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਕਈ ਗੁਣਾ ਕੀਮਤੀ ਹੁੰਦਾ ਹੈ ਇਸ ਲਈ ਇਸ ਵਿੱਚ ਹੀ ਉਹਨਾਂ ਮਿੱਠੇ ਸ਼ਬਦਾਂ ਨੂੰ ਪਨਾਇਆ ਜਾਂਦਾ ਹੈ ਜੋ ਸਾਡੀ ਜ਼ੁਬਾਨੀ ਤੇ ਬੁਢਾਪੇ ਦੇ ਸਮੇਂ ਨੂੰ ਸੌਖਾ ਬਣਾਉਂਦੇ ਹਨ ਠੀਕ ਹੈ ਜਿਹੜਾ ਸ਼ਬਦ ਅਸੀਂ ਆਪਣੇ ਬਚਪਨ ਵਿੱਚ ਸਿੱਖ ਲੈਨੇ ਆ ਉਹ ਸਾਡੇ ਅੱਗੇ ਬੁਢਾਪੇ ਵਿੱਚ ਜਵਾਨੀ ਵਿੱਚ ਕੰਮ ਆਉਂਦੇ ਨੇ ਜੇ ਕੋਈ ਇਨਸਾਨ ਬਜ਼ੁਰਗ ਹੋ ਜਾਂਦਾ ਜੇ ਉਹਦੀ ਭਾਸ਼ਾ ਮਿੱਠੀ ਆ ਤਾਂ ਸਾਰੇ ਉਹਦੇ ਲਾਗੇ ਬਹਿਣਗੇ ਜੇ ਕੋੜੀ ਆ ਤਾਂ ਕੋਈ ਉਹਦੀ ਸੇਵਾ ਨਹੀਂ ਕਰੇਗਾ ਫਿਰ ਕਹਿੰਦੇ ਕਿ ਬੋਲੀ ਨਾ ਸਿਰਫ ਸਾਡੀ ਕਾਮਯਾਬੀ ਦੀ ਕੁੰਜੀ ਹੈ ਬਲਕਿ ਇਹ ਜ਼ਿੰਦਗੀ ਦੇ ਹੁਸਨਾ ਤੇ ਸੁਵਾਦਾਂ ਦਾ ਜਾਦੂ ਹੈ ਏ ਸਾਡੇ ਤੇ ਸਾਡੇ ਪ੍ਰੀਤਮ ਵਿਚਲੀ ਰੇਸ਼ਮੀ ਲੜੀ ਸਾਡੀਆਂ ਵਫਾਵਾਂ ਤੇ ਦੋਸਤੀਆਂ ਦੀ ਸਾਥੀ ਹੈ ਬੋਲੀ ਬਹੁਤ ਮਹਿੰਗੀ ਵਿਰਾਸਤ ਹੈ ਇਸ ਲਈ ਤੁਸੀਂ ਆਪਣੇ ਮਾਪਿਆਂ ਉਸਤਾਦਾਂ ਗਵਾਲਿਆਂ ਚਰਵਾਹਿਆਂ ਦੇ ਪਿੰਨ-ਪਿੰਨ ਪ੍ਰਕਾਰ ਦਾ ਸਮਾਨ ਤੇ ਪਿੰਨ-ਪਿੰਨ ਪ੍ਰਕਾਰ ਦਾ ਸਮਾਨ ਵੇਚਣ ਵਾਲੇ ਤੋਂ ਸ਼ਬਦ ਸਿੱਖੋ ਤੇ ਸੰਭਾਲੋ ਠੀਕ ਹੈ ਨਾਲੇ ਇਹਦੇ ਦੋ ਕੁਐਸਚਨ ਕਰ ਲੈਣੇ ਆ ਕਿਉਂਕਿ ਇਹ ਟੋਟਲ ਹੈਗੇ ਨੇ 7 7 ਕੁਐਸਚਨ ਹੈ ਦੋ ਇਸ ਵੀਡੀਓ ਚ ਕਰ ਲੈਣੇ ਆ ਹਡਾ ਪਹਿਲਾ ਕੁਐਸਚਨ ਹੈ ਕਹਿੰਦੇ ਕਿ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ ਹਡਾ ਆਂਸਰ ਹੈ ਕਿ ਇਸ ਕਥਨ ਤੋਂ ਲੇਖਕ ਦਾ ਭਾਵ ਹੈ ਕਿ ਜਿਸ ਤਰ੍ਹਾਂ ਜਿਹੜੇ ਤੁਮ ਮਨੁੱਖ ਦੀ ਸਰੀਰਕ ਸੁੰਦਰਤਾ ਦਾ ਪਤਾ ਲੱਗਦਾ ਹੈ ਉਸੇ ਤਰ੍ਹਾਂ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਜਿਸ ਤੋਂ ਉਸ ਦੀ ਆਤਮਾ ਦਾ ਵਧੀਆ ਜਾਂ ਘਟਿਆ ਹੋਣ ਦਾ ਪਤਾ ਲੱਗਦਾ ਹੈ ਇਸ ਲਈ ਹੀ ਬੋਲ ਬੋਲਣ ਵਾਲੇ ਅਨੇਕ ਜਿਹੜਾ ਲੋਕੀ ਅੰਨੇ ਨੇ ਉਹ ਬੋਲਦੇ ਵੀ ਹੈ ਨਾ ਕਹਿੰਦੇ ਕਿ ਜਿਹੜਾ ਬੋਲਣ ਵਾਲੇ ਅੰਨੇ ਜਿਹੜੇ ਨੇ ਉਹ ਸਿਆਣੇ ਤੇ ਦਿਲਚਸਪ ਲੱਗਦੇ ਹਨ ਪਰ ਜਿਹੜਾ ਗੁੰਗਾ ਜਦੋਂ ਉਹਨੇ ਬੋਲਣਾ ਹੀ ਨਹੀਂ ਹੈ ਤਾਂ ਉਹਦੇ ਵਿੱਚ ਦਿਲਚਸਪੀ ਕਿਸ ਤਰ੍ਹਾਂ ਪੈਦਾ ਹੋਏਗੀ ਫਿਰ ਕਹਿੰਦੇ ਪਰ ਗੁੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ ਕਿਉਂਕਿ ਬੋਲਣ ਤੋਂ ਹੀ ਪਤਾ ਲੱਗਦਾ ਹੈ ਕਿ ਮਨੁੱਖ ਨੇ ਆਪਣਾ ਕੀ ਕੁਝ ਬਣਾਇਆ ਹੈ ਕਾਂ ਦਾ ਮਤਲਬ ਹੈ ਕਿ ਉਹਨੇ ਮਿੱਠੇ ਸ਼ਬਦ ਬੋਲ ਕੇ ਆਪਣਾ ਸੰਸਾਰ ਵਿੱਚ ਕੀ ਆਪਣਾ ਸਥਿਤੀ ਬਣਾਈ ਹੈ ਕਿੰਨੇ ਕੁ ਲੋਕ ਉਹਨੂੰ ਮਿਲਦੇ ਗਿਲਦੇ ਨੇ ਕਿੰਨੇ ਕੁ ਲੋਕ ਲੋਕਾਂ ਦਾ ਗਰੁੱਪ ਹੈ ਉਹਦੇ ਕੋਲ ਠੀਕ ਹੈ ਮਿੱਠੀ ਬੋਲੀ ਵਾਲੇ ਕੋਈ ਹਰ ਕੋਈ ਆਂਦਾ ਹੈ ਲੇਕਿਨ ਕੋੜਾ ਸ਼ਬਦ ਬੋਲਣ ਵਾਲੇ ਤੋਂ ਹਰੇ ਮਤਲਬ ਹਰ ਕੋਈ ਦੂਰ ਹੁੰਦਾ ਹੈ ਫਿਰ ਕਹਿੰਦਾ ਕਿ ਬੋਲਣ ਵਾਲੇ ਦੇ ਸ਼ਬਦ ਉਸ ਦੀ ਅੰਦਰਲੀ ਅਮੀਰੀ ਤਜਰਬੇ ਤੇ ਅਕਲ ਦੇ ਸੂਚਕ ਹੁੰਦੇ ਹਨ ਇਸੇ ਕਰਕੇ ਲੇਖਕ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਹਿੰਦਾ ਹੈ ਬੇਟਾ ਇੱਥੇ ਕਹਿੰਦਾ ਆਣਾ ਰਾੜਾ ਪੈ ਗਿਆ ਫਿਰ ਕਹਿੰਦੇ ਦੂਜਾ ਕਵਸ਼ਨ ਹੈ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂ ਹਰ ਡਾਕਟਰ ਐ ਕਹਿੰਦੇ ਕਿ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਇਸ ਕਰਕੇ ਦੇਣਾ ਚਾਹੀਦਾ ਹੈ ਕਿਉਂਕਿ ਬਚਪਨ ਵਿੱਚ ਉਹਨਾਂ ਦੇ ਮਨ ਵਿੱਚ ਜਿਹੜੇ ਸ਼ਬਦ ਬੈਠ ਜਾਂਦੇ ਹਨ ਉਹ ਉਹਨਾਂ ਸ਼ਬਦਾਂ ਨੂੰ ਕਦੇ ਨਹੀਂ ਭੁੱਲਦੇ ਕਦੇ ਨਹੀਂ ਭੁੱਲਦੇ ਤੇ ਉਹ ਸਾਰੀ ਉਮਰ ਉਹ ਸ਼ਬਦ ਮੋਹਰ ਵਾਂਗ ਕੰਮ ਕਰਦੇ ਨੇ ਹੁਣ ਵੇਖੋ ਛੋਟਾ ਬੱਚਾ ਆਪਣੇ ਘਰਾਂ ਵਿੱਚ ਠੀਕ ਹੈ ਛੋਟੇ ਬੱਚਾ ਜਦੋਂ ਕੋਈ ਰਬਿਸ਼ ਲੈਂਗੁਏਜ ਬੋਲਦਾ ਤਾਂ ਹੀ ਉਸੇ ਵੇਲੇ ਉਹਨੂੰ ਡਾਂਟ ਦੇ ਦੇਖ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਬੋਲਣਾ ਠੀਕ ਹੈ ਉਹਨੂੰ ਸਿਖਾਉਂਦੇ ਆ ਕਿ ਇਹ ਸ਼ਬਦ ਜਿਹੜੇ ਚੰਗੇ ਨੇ ਤੇ ਇਹ ਸ਼ਬਦ ਜਿਹੜੇ ਮਾੜੇ ਨੇ ਕਿਉਂਕਿ ਜਿਹੜੇ ਬੱਚੇਵਾਂ ਵਿੱਚ ਬੱਚਾ ਸਿੱਖਦਾ ਉਹੀ ਉਹਦੇ ਅੱਗੇ ਕੰਮ ਆਉਂਦਾ ਹੈ ਠੀਕ ਹੈ ਬੇਟਾ ਫੇਰ ਕਹਿੰਦੇ ਇਸ ਕਰਕੇ ਉਹਨਾਂ ਦੀ ਬੋਲੀ ਵਿੱਚ ਜਿਹੜਾ ਸ਼ਬਦਾਂ ਨਾਲ ਲਗਾਤਾਰ ਵਾਧਾ ਰਹਿੰਦੇ ਕਰਦੇ ਰਹਿਣਾ ਇਸ ਕਰਕੇ ਹਟਾ ਕੇ ਫਰਚਾ ਕਿ ਉਹਨਾਂ ਦੀ ਬੋਲੀ ਵਿੱਚ ਸ਼ਬਦਾਂ ਨਾਲ ਲਗਾਤਾਰ ਵਾਧਾ ਕਰਦੇ ਦੇ ਰਹਿਣਾ ਚਾਹੀਦਾ ਹੈ ਜਿਹੜੇ ਵੱਡੇ ਇਹ ਨਹੀਂ ਕਰਦੇ ਤੇ ਬੱਚਿਆਂ ਨੂੰ ਜਿਵੇਂ ਪਲਦੇ ਰੁੱਲਦੇ ਰਹਿਣ ਦਿੰਦੇ ਨੇ ਉਵੇਂ ਹੀ ਪਲਦੇ ਰਹਿਣ ਦਿੰਦੇ ਹਨ ਜਿਵੇਂ ਪਲਦੇ ਨੇ ਉਵੇਂ ਹੀ ਮਤਲਬ ਜਿੱਸਾ ਚੱਲਦਾ ਉਸੇ ਹੀ ਗੁਜ਼ਾਰਾ ਕਰੀ ਜਾਂਦੇ ਨੇ ਤੇ ਉਹਨਾਂ ਦੀ ਦੁਨੀਆ ਵੀ ਦਿਨੋ ਦਿਨ ਗੰਗਾਲ ਹੁੰਦੀ ਜਾਂਦੀ ਹੈ ਜਿਵੇਂ ਪਲਦੇ ਨੇ ਚਲੋ ਪਲਣ ਦੋ ਇਹ ਥਿੰਕਿੰਗ ਜਿਹੜੇ ਲੋਕ ਰੱਖਦੇ ਨੇ ਉਹਨਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਖਰਾਬ ਹੋ ਜਾਂਦੀ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਦਾ ਸਾਰ ਪਲਸ 2 ਕੁਐਸਚਨ ਹੋ ਗਏ ਨੇ ਤੇ ਨੈਕਸਟ ਵੀਡੀਓ ਵਿੱਚ ਇਹਦੇ ਅਗਲੇ 5 ਕੁਐਸਚਨ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਪੜ ਲਓ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ